ॐ महलक्ष्मी आय नमो नमः ॐ महलक्ष्मी आय नमो नमः ॐ विष्णुप्रियाय नमो नमः ॐ धन नमो नमः विश्वा नमो नमः ॐ महालक्ष्मी आय नमो नमः ॐ विष्णुप्रियाय नमो नमः ॐ धन नमो नमः ॐ विश्वा नमो नमः

ඕම්ගණනුදයේ නමහෝනම සෙද්ධවිනායක නමහෝනම, අෂ්ට වනායක නමුහොන්නවා ගඩවදේව බාමෝරිය. ඕෝමුගණනුතියේ නහෝනම සිෙද්ධවිනායක නමහෝනම අෂ්ට වනායක නමුහොනම, ගනවදේප බාමෝරිය. ඕෝම්ගණනුදයේ නමහෝනමා. सिद्धिविनायक नमो नमाष्टिविनायक नमो नमा गणपती बाप्पा मोरया मोरया रे बाप्पा मोरया रे 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 बाप्पा मोरया रे मोरया रे बाप्पा मोरया रे ಮೋರಿಯರೆ ರೇ ಬಾಬಾ ಮೌರ್ಯ ರೇ ಬಾಬಾ ಮೌರ್ಯ ರೇ ಬಾಬಾ ಓಂ ಗಣ ಗಣಪತಿ ನಮೋ ನಮ ಸಿದ್ಧಿ ವಿಾಯಕ ನಮೋ ನಮ ಅಷ್ಟಾಯಕ ನಮೋ ನಮ ಗಣಪತಿ ಬಾಬಾ ಮೌರ್ಯಾ ಜಯ ಮಾತಾ ಲಕ್ಷ್ಮೀ ಕಿ ಹೇ ಲಕ್ಷ್ಮೀ ਹਰ ਘਰ ਚ ਬਾਸ ਕਰੀ ਮੇਰੀ ਮਾਂ ਹਰ ਘਰ ਚ ਸੁੱਖ ਸ਼ਾਂਤੀ ਬਖਸ਼ੀ ਮੇਰੀ ਮਾਂ ਹਰ ਘਰ ਚ ਰੌਣਕਾਂ ਲਾ ਦੇ ਮੇਰੀ ਮਾਂ ਹਰ ਘਰ ਦੇ ਬੇੜੇ ਪਾਰ ਕਰੀ ਮੇਰੀ ਮਾਂ ਹਰ ਘਰ ਅਨਪੂਰਨਾ ਦਾ ਹਨਪੂਰਨਾ ਦਾ ਹੱਥ ਸਿਰ ਤੇ ਰਵੇ ਹਰ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਮਾਂ ਖੁਸ਼ੀਆਂ ਖੁਸ਼ੀਆਂ ਆ ਮਾਂ ਇਹ ਦੀਪਵਾਲੀ ਸਭ ਵਾਸਤੇ ਬੜੀ ਖੁਸ਼ਹਾਲੀ ਲਿਆਵੇ ਸਭ ਨੂੰ ਖੁਸ਼ ਰੱਖੇ ਸਭ ਦੇ ਪਰਿਵਾਰਾਂ ਨੂੰ ਖੁਸ਼ ਰੱਖੇ ਸਭ ਦੇ بگੜੇ ਕਾਮ ਬਣਾਵੇ ਔਰ ਸਭ ਦੇ ਦੁਖੜੇ ਹਰੇ ਔਰ ਸਭ ਨੂੰ ਜੀਂਦਾ ਮਾਂ ਵਰਦਾਨ ਦਵੇ ਜੈ ਮਾਈ ਜੈ ਮਾਈ ਜੈ ਬholen ਸ਼ੰਕਰ ਰਾਦੇ ਕਿਸ਼ਨ ਰਾਦੇ ਕਿਸ਼ਨ ਰਾਦੇ ਕਿਸ਼ਨ ਰਾਦੇ ਕਿਸ਼ਨ ਰਾਦੇ ਕਿਸ਼ਨ ਇਹ ਦੀਪavali ਬੜੇ ਸੁਖੀ ਸ਼ਾਂਤੀ ਦੇ ਨਾਲ ਸਭ ਮੇਰੇ ਦੋਸਤਾਂ ਮਿੱਤਰਾਂ ਨੂੰ ਸਭ ਮਾਤਾ ਰਾਣੀ ਦੇ ਭਗਤਾਂ ਨੂੰ ਸਭ ਦੇਸ਼ ਵਾਸੀਆਂ ਨੂੰ ਢੇਰ ਸਾਰੀ ਸ਼ੁਭ ਕਾਮਨਾئیں ਤਾਂ ਇਹ ਦੀਪavali ਅੱਜ ਦੀਪavali ਦੀ ਸ਼ੁਰੂਆਤ ਤਨ ਤੇਰਸ ਤੋਂ ਕੀਤੀ ਜਾਂਦੀ ਹੈ ਔਰ ਤਨ ਤੇਰਸ ਨੂੰ ਮਾਤਾ ਲਕਸ਼ਮੀ ਤੇ ਗਣਪਤੀ ਜੀ ਦੀ ਆराधना ਕੀਤੀ ਜਾਂਦੀ ਪੂਜਾ ਕੀਤੀ ਜਾਂਦੀ ਹੈ ਔਰ ਉਹਦੇ ਨਾਲ ਨਾਲ ਆਪਾਂ ਭਗਵਾਨ ਦੇ ਸਿਮਰਨ ਕਰਦੇ ਆਂ ਆਰਤੀਆਂ ਗਾਉਂਦੇ ਆਂ ਸਭ ਕੁਝ ਮਾਤਾ ਦੇ ਚਰਨਾਂ 'ਚ ਬੈਠ ਕੇ ਆਪਣਾ ਤਨ ਮਨ ਸਾਰਾ ਅਰਪਣ ਕਰਦੇ ਆਂ ਤੋ ਜੈ ਮਹਾਮਾਈ ਜੈ ਮਹਾਮਾਈ ਜੈ ਮਹਾਮਾਈ ਜੈ ਮਹਾਮਾਈ ਸਭ ਨੂੰ ਸੁਖ ਸ਼ਾਂਤੀ ਬਖਸ਼ ਮੇਰੀ ਮਾਂ ਸਭ ਨੂੰ ਸੁਖ ਸ਼ਾਂਤੀ ਬਖਸ਼ ਮੇਰੀ ਮਾਂ ਸਭ ਨੂੰ ਸੁਖ ਸ਼ਾਂਤੀ ਬਖਸ਼ ਸਭ ਦੇ ਦੁਖੜੇ ਹਾਰ ਮੇਰੀ ਮਾਂ ਤੇ ਸਭ ਦੇ ਵਿਗੜੇ ਕਾਜ ਸਵਾਰ ਦੇ ਮੇਰੀ ਮਾਂ ਸਭ ਦੀਆਂ ਮੁਸੀਬਤਾਂ ਦੂਰ ਕਰ ਮਾਂ ਸਭ ਦੀਆਂ ਮੁਸੀਬਤਾਂ ਦੂਰ ਕਰ ਮਾਂ ਤੇਰੇ ਚਰਨਾਂ ਵਿੱਚ ਬੈਠ ਕੇ ਇੱਕ ਅਰਦਾਸ ਕਰਦਾ ਹੈ ਇੱਕ ਸੱਚੇ ਮਨ ਨੇ ਅਰਦਾਸ ਕਰਦਾ ਪੂਰੇ ਵਿਸ਼ਵ ਦਾ ਕਲਿਆਣ ਕਰ ਮੇਰੀ ਮਾਂ ਪੂਰੇ ਵਿਸ਼ਵ ਦਾ ਕਲਿਆਣ ਕਰ ਮੇਰੀ ਮਾਂ ਸਭ ਨੂੰ ਸਤ ਬੁੱਧੀ ਬਖਸ਼ ਮੇਰੀ ਮਾਂ ਇਹਦੇ ਵਿੱਚ ਤੇਰਾ ਮੇਰਾ ਕੁਝ ਨਹੀਂ ਮਾਂ ਸਭ ਤੇਰਾ ਹੈ ਔਰ ਸਭ ਮੇਰਾ ਜੋ ਮੇਰਾ ਉਹ ਤੇਰਾ ਮਾਂ ਜੋ ਤੇਰਾ ਹੈ ਉਹ ਮੇਰਾ ਮਾਂ ਔਰ ਕਿਸੇ ਦਾ ਵੀ ਇਹਦੇ ਵਿੱਚ ਕੋਈ ਅਹੰਕਾਰ ਨਾ ਆਵੇ ਕੋਈ ਮੈਂ ਮੈਂ ਨਾ ਕਰੇ ਅੰਤ ਸਮੇ ਇਸ उपदेश के बच्च लिख्या कि अंत समय सब वास्ते एक ही है मेरी माँ तो मैं सब माता के भगतान अगे एक अरदस कर दा है कि कोई भी किसी चीज़ का कोई गिला मान दिल दिमाग बच्चे ना रखना मेरे दोस्त ये संसार है ये संसार एक आनी जानी माया है आता जाता रहेगा और हम सारे भगवान के प्यारे हैं और हम सब भगवान की ही एक अमानत है तो हम एक दूसरे को कोई ऐसी भावना से ठेस ना पहुंचाने की कोशिश करें कि हम सब मालिक के बंदे हैं और हम अपने आप को ऊपर समझकर दूसरे बंदे को कोई हानि ना पहुंचाएं मतलब दूसरे मालिक के बंदे को हम कोई हानि ना पहुंचाएं इस चीज को समझ के चलो मेरे दोस्त और ये दीपावली सब वास्ते तेर